अमित जी अगली खबर दे वल वधीए ते गल करिए स्ट्रीट लाइट घोटाले की। इस मामले दे विच कैप्टन संधू नूं हुण हाई कोर्ट तों जमानत मिल गई है। हाँ जी, देखो इस स्ट्रीट लाइट घोटाले दे विच काफी कह लो सुर्खियां बनियां। उस तों बाद फिर ये खबरां चलियां कि कैप्टन संधू गिरफ्तार हो सकदे है, कैप्टन संधू जी फड़े जाणगे, पर बाद दे विच सारा कुछ रफा दफा हो गया। मामला 65 लाख दे सोलर लाइट घोटाले नाल जुड़दा है, जिहदे विच कैप्टन संधु ते FIR कीती गई। इन्हां ने वेख लो किन्ना मतलब के समा लिया, मोहाली, चंडीगढ़, जगराओं, मुलापुर, मुक्तसर, जीरा, पता नहीं किथे किथे इन्हां ने रेडा मारियां उस टाइम। पर संधु सी के लभे, तगड़ा वगया, नहीं हथ आया ते बाद दे विच जमानत लै गया। खैर हुण देखो मामला ते इह हैगा आ, मैं फिर दस दिंदा जिन्हां नूं नहीं पता कि 26 पिंडां दे विच स्ट्रीट लाइट लाउण दा मामला सीगा ते उहदे विच खास फर्मा नूं इह पैसे जिहड़े दित्ते गए सन ते जिहड़ी कीमत 3325 रुपए सी तां उह 7288, यानी तकरीबन अधो अध ला लो, मतलब कि 65 लाख है ਤਾਂ ਜਿਹੜਾ ਇਹ ਮਾਮਲਾ ਸੀ ਉਹ 32-33 ਲੱਖ ਦਾ ਬਣਦਾ, 32-33 ਲੱਖ ਜਾਂ 35 ਲੱਖ ਲਾ ਲਓ ਕਿ ਉਹ ਐਕਸਟਰਾ ਦਿੱਤਾ ਗਿਆ। ਆਈਓ ਘਟਾਲਾ ਹੈ, ਠੀਕ ਹੈ, ਆਈਓ ਘਟਾਲਾ ਹੈ। ਸੋ ਇਹਨੂੰ ਜੇ ਆਪਾਂ ਆਸਾਨ ਸ਼ਬਦਾਂ ਚ ਇਦਾਂ ਸਮਝਣਾ ਹੋਵੇ ਤਾਂ ਠੀਕ ਇਸੇ ਤਰ੍ਹਾਂ ਹੀ ਹੈ ਕਿ ਜੋ ਰੇਟ ਸੀਗਾ, ਜੋ ਮਤਲਬ ਕਿ ਦੇਣਾ ਚਾਹੀਦਾ ਸੀਗਾ, ਉਹਦੇ ਤੋਂ ਦੁੱਗਣੇ ਫੜਾ ਦਿੱਤੇ ਗਏ। ਹੁਣ ਦੁੱਗਣੇ ਫੜਾ ਕੇ ਇਹੀ ਖੇਡ ਚੱਲਦਾ ਹੈ ਨਾ ਕਿ ਫਿਰ ਵਿੱਚੋਂ ਇੱਕ ਹਿੱਸਾ ਲੈ ਲਿਆ ਗਿਆ। ਇਹ ਇੱਦਾਂ ਦੀ ਗੇਮ ਹੈ। ਤੋ ਗੱਲ ਇਹ ਆ ਜਿਹੜੀ ਮੈਂ ਕਹਿਣ ਜਾ ਰਿਹਾ ਵਾ ਕਿ 30-32 ਲੱਖ ਰੁਪਏ ਦਾ ਹੀ ਮਾਮਲਾ ਨਿਕਲਦਾ, ਹੱਦ 35 ਦਾ ਲਾ ਲਓ। ਪਰ ਇਹਨੂੰ ਪ੍ਰਚਾਰਿਆ ਬਹੁਤ ਗਿਆ, ਬਹੁਤ ਪ੍ਰਚਾਰਿਆ ਗਿਆ, ਕਿਉਂਕਿ ਉਸ ਟਾਈਮ ਤੁਹਾਨੂੰ ਪਤਾ ਹੈ ਕਰਪਸ਼ਨ ਦੇ ਅਗੇਂਸਟ ਕਹਿੰਦੇ ਆ ਕਿ ਸਾਡੀ ਮੁਹਿੰਮ ਜਿਹੜੀ ਆ ਚੱਲ ਰਹੀ ਆ, ਉਦੋਂ ਬਹੁਤ ਜ਼ਿਆਦਾ ਜ਼ੋਰ ਸ਼ੋਰ ਸੀਗਾ। ਪਰ ਹੁਣ ਜੇ ਦੇਖੀਏ ਤੇ ਇਹ ਤੋਂ ਵੀ ਵੱਡੇ ਵੱਡੇ ਘੁਟਾਲੇ ਤੇ ਇਹ ਤੋਂ ਵੀ ਤਕੜੇ ਤਕੜੇ ਨਾ ਜੁਗਾੜ ਇਹਨਾਂ ਦੇ ਹਲਕੇ ਚ ਹੁੰਦੇ ਰਹੇ। ਰਾਣੋ ਵਾਲਾ ਡਰੱਗ ਨੈਕਸਸ ਉਹ ਕਿੱਥੇ ਸੀਗਾ ਜੀ? ਉਹ ਇੱਥੇ ਸੀਗਾ ਜਿੱਥੇ ਇਹ ਕੈਪਟਨ ਸੰਧੂ ਕੰਮ ਕਰਦੇ ਸਨ। ਮੈਂ ਨਹੀਂ ਕਹਿੰਦਾ ਕਿ ਇਨਵੋਲਵਮੈਂਟ ਆ ਜੀ, ਪਰ ਇੱਕ OSD ਜਿਹੜਾ ਅਮਰਿੰਦਰ ਸਿੰਘ ਦਾ ਤਤਕਾਲੀ OSD ਤੇ ਇਹਨਾਂ ਦੇ ਸ਼ਹਿਰ ਦਾ ਹੀ ਸੀਗਾ, ਉਹ ਰਾਣੋ ਦੀ ਗੱਡੀ ਚ ਕੀ ਕਰਦਾ ਹੁੰਦਾ ਸੀਗਾ? ਉਹਦਾ ਪਿਓ ਜੱਜ ਸੀਗਾ ਜੀ। NDPS ਕੇਸਾਂ ਦੇ ਵਿੱਚ ਜ਼ਮਾਨਤ ਦੇਣ ਦੇ ਚਲਦਿਆਂ ਉਹਦੇ ਤੇ ਕਈ ਸਵਾਲ ਉੱਠੇ, ਤੁਸੀਂ ਉਹਨੂੰ ਕਿਉਂ ਨੀ ਪੁੱਛਦੇ ਬਈ? ਜੀ ਜੀ, ਉਹਨੂੰ ਵੀ ਪੁੱਛ ਲਓ। ਤੁਹਾਡੇ ਕੋਲ ਫਾਈਲਾਂ ਪਈਆਂ ਤੇ ਫਾਈਲਾਂ ਦੇ ਵਿੱਚ ਇਹ ਕਹਾਣੀਆਂ ਦੱਬੀਆਂ ਪਈਆਂ ਨੇ ਕਿ ਰਾਣੋ ਨੇ ਖੁਦ ਮੰਨਿਆ ਕਿ ਬਈ ਅਸੀਂ ਅਫਸਰਾਂ ਨੂੰ, ਇੱਕ ਉੱਚ ਅਧਿਕਾਰੀ ਦਾ ਨਾਮ ਲਿਆ ਗਿਆ ਉਮਰਾ ਨੰਗਲ ਦਾ, ਤੇ ਕੁੜੀਆਂ ਦਿੰਦੇ ਰਹੇ ਨਾ, ਕੁੜੀਆਂ ਪ੍ਰੋਵਾਈਡ ਕਰਵਾਉਂਦੇ ਰਹੇ ਆ, ਤੇ ਜਿਹੜੇ ਕਰਪਟ ਅਫਸਰ ਸੀਗੇ ਉਹਨਾਂ ਦਾ ਕਾਲਾ ਧਨ ਜਿਹੜਾ ਹੈ ਉਹ ਸ਼ਰਾਬ ਦੇ ਠੇਕਿਆਂ ਚ ਇਨਵੈਸਟ ਕਰਦੇ ਰਹੇ ਜੀ। ਫਿਰ ਤੁਸੀਂ ਰੌਲਾ ਪਾਇਆ 500 ਕਰੋੜ ਦੀਆਂ ਰਜਿਸਟਰੀਆਂ ਮਿਲੀਆਂ ਨੇ, ਪਾਓ ਖਫਰ ਉਹਨਾਂ ਮਾਮਲਿਆਂ ਨੂੰ ਕਿਉਂ ਛੱਡ ਰਹੇ ਹੋ? ਗੱਲ ਤੇ ਹੈ ਕਿ 32-34 ਲੱਖ ਦਾ ਮਾਮਲਾ ਸਹੀ ਹੈ ਝੂਠਾ ਹੈ ਸਾਨੂੰ ਨਹੀਂ ਪਤਾ। ਅੱਛਾ, ਫਿਰ ਉਸੇ ਕੇਸ ਦੇ ਵਿੱਚ, ਗੁਰਦੀਪ ਰਾਣੋ ਵਾਲੇ ਕੇਸ ਦੇ ਵਿੱਚ ਸੈਂਪਲ ਗਾਇਬ ਹੋ ਗਿਆ ਇਸ ਏਰੀਏ ਚੋਂ ਜੀ। ਪਾਓ ਇਹਨਾਂ ਚੀਜ਼ਾਂ ਨੂੰ ਹੱਥ ਪਾਓਗੇ ਤਾਂ ਗੱਲ ਜਿਹੜੀ ਹੈ ਉਹ ਵੱਡੀ ਬਣੇਗੀ। ਜੇ ਗੱਲ ਵੱਡੀ ਬਣਾਉਣੀ ਹੈ ਤਾਂ ਫਿਰ ਫੈਸਲੇ ਵੱਡੇ ਲੈਣੇ ਪੈਂਦੇ ਆ। ਸੋ ਬਹਿਰਹਾਲ ਸੰਦੀਪ ਸੰਧੂ ਇੱਕ ਵਾਰੀ ਰਾਹਤ ਲੈ ਗਏ ਨੇ ਤੇ ਮੈਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਹੋਣਾ ਕਰਨਾ ਕੱਖ ਨਹੀਂ ਹੈ ਜਿਸ ਤਰ੍ਹਾਂ ਦਾ ਇਹ ਮਾਮਲਾ ਬਣਿਆ ਹੈ। ਪਰ ਬਹੁਤ ਵੱਡੇ ਵੱਡੇ ਮਾਮਲੇ ਜਿਹੜੇ ਆ ਉਹ ਪ੍ਰਚਾਰ ਦੇ ਹੇਠਾਂ ਦੱਬ ਗਏ। ਪ੍ਰਚਾਰ ਜ਼ਿਆਦਾ ਹੋ ਰਿਹਾ, ਕੰਮ ਘੱਟ ਹੁੰਦਾ ਕਈ ਵਾਰ।